ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਏਐਸਆਈ ਸੁਖਪਾਲ ਸਿੰਘ ਜਿਹਦੇ ਖਿਲਾਫ ਥਾਣੇ ਡਿਵੀਜ਼ਨ ਨੰਬਰ 7 ਦੇ ਵਿੱਚ FIR ਦਰਜ ਹੋਈ ਸੀ, ਉਸਨੂੰ ਅਸੀਂ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹਦੀ ਗ੍ਰਿਫਤਾਰੀ ਲਈ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਜਿਹਦੇ ਵਿੱਚ ACP ਜ਼ੋਨ 4 ACP ਈਸਟ SHO ਡਿਵੀਜ਼ਨ 7 ਦੀ ਡਿਊਟੀ ਲਗਾਈ ਗਈ ਸੀ। ASI ਸੁਖਪਾਲ ਸਿੰਘ ਜਿਹਦੇ ਖਿਲਾਫ ਥਾਣੇ ਡਿਵੀਜ਼ਨ ਨੰਬਰ 7 ਦੇ ਵਿੱਚ FIR ਦਰਜ ਹੋਈ ਸੀ, ਉਸਨੂੰ ਅਸੀਂ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹਦੀ ਗ੍ਰਿਫਤਾਰੀ ਲਈ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਜਿਹਦੇ ਵਿੱਚ ACP ਜ਼ੋਨ 4 ACP ਈਸਟ SHO ਡਿਵੀਜ਼ਨ 7 ਦੀ ਡਿਊਟੀ ਲਗਾਈ ਗਈ ਸੀ, ਜਿਨ੍ਹਾਂ ਨੇ ਮਿਹਨਤ ਕਰਕੇ CSI ਨੂੰ ਫੜਿਆ ਹੈ। ਅਤੇ ਹੁਣ ਉਸਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੀ ਲੇਡੀ ਨੂੰ ਇਹਨੇ ਗੋਲੀ ਮਾਰੀ ਸੀ ਉਹਦੇ ਨਾਲ ਇਹਦੇ ਕਾਫੀ ਸਾਲਾਂ ਤੋਂ ਰਿਲੇਸ਼ਨ ਸੀ, ਐਂਡ ਘਟਨਾ ਵਾਲੇ ਦਿਨ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕੋਈ ਝਗੜਾ ਹੋਇਆ, ਐਂਡ ਇਹ ਗੋਲੀ ਮਾਰ ਕੇ ਫਿਰ ਉਸਨੂੰ ਪਹਿਲਾਂ ਜਦੋਂ ਗੋਲੀ ਲੱਗੀ ਉਸ ਤੋਂ ਬਾਅਦ ਇਹਨੇ ਉਸਨੂੰ ਫੋਰਟਿਸ ਹੋਸਪਿਟਲ ਦੇ ਵਿੱਚ ਆਪ ਹੀ ਦਾਖਲ ਕਰਵਾਇਆ ਸੀ। ਉੱਥੇ 2 ਲੱਖ ਰੁਪਏ ਵੀ ਇਹਨੇ ਆਪ ਹੀ ਜਮ੍ਹਾਂ ਕਰਵਾਏ, ਐਂਡ ਉਸ ਤੋਂ ਬਾਅਦ ਜਿਹੜਾ ਹੋਸਪਿਟਲ ਦਾ ਰੁਕਾ ਸੀ ਉਸਨੂੰ ਇਸਨੇ ਆਪਣੇ ਕੋਲ ਹੀ ਰੱਖ ਲਿਆ, ਥਾਣੇ ਤੱਕ ਇਤਲਾਹ ਨਹੀਂ ਦਿੱਤੀ। ਜਦੋਂ ਬਾਅਦ ਦੇ ਵਿੱਚ ਪੁਲਿਸ ਨੂੰ ਪਤਾ ਚੱਲਿਆ ਅਤੇ ਅਸੀਂ FIR ਦਰਜ ਕੀਤੀ, ਐਂਡ ਕੱਲ੍ਹ ਇਸਨੂੰ ਖੰਨੇ ਡਿਸਟ੍ਰਿਕਟ ਤੋਂ ਅਸੀਂ ਫੜ ਲਿਆ ਹੈ। ਇਹਦੇ ਖਿਲਾਫ ਅਸੀਂ ਇਸਨੂੰ ਪਹਿਲਾਂ ਹੀ ਜਬਰੀ ਰਿਟਾਇਰ, ਜਿਸ ਦਿਨ ਇਹ ਵਾਕਿਆ ਪੁਲਿਸ ਦੀ ਨੋਟਿਸ ਦੇ ਵਿੱਚ ਆਇਆ, ਸੇਮ ਡੇ ਇਸਨੂੰ ਅਸੀਂ ਫੋਰਸ ਰਿਟਾਇਰਮੈਂਟ ਦੇ ਦਿੱਤੀ ਸੀ, ਐਂਡ ਦੇ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।